ਚਲੋ ਓਕੇ ਦੇਖੋ ਰਾਜੇ ਕੀ ਆਪਣੇ ਕੋਲ ਵੇਲਿਆਂ, ਵੇਲਿਆਂ ਦਾ ਮਤਲਬ ਪਹਿਲਾਂ ਵਾਲਾ ਸਮਾਂ, ਪੁਰਾਣਾ ਸਮਾਂ, ਠੀਕ ਹੈ, ਪੁਰਾਣੇ ਵੇਲੇ, ਵੇਲਿਆਂ ਦਾ ਮਤਲਬ ਹੁੰਦਾ ਹੈ ਪੁਰਾਣਾ ਸਮਾਂ, ਸਮਾਂ ਲਿਖ ਲਓ ਪੈਨਸਿਲ ਨਾਲ, ਇਹਦਾ ਮੀਨਿੰਗ ਕੀ ਹੈ, ਸਮਾਂ। ਆਵਾਜਾਈ, ਆਵਾਜਾਈ ਪਤਾ ਹੀ ਆਪਾਂ ਨੂੰ, ਜਿਹੜੀ ਆਵਾਜਾਈ ਹੁੰਦੀ ਹੈ, ਠੀਕ ਹੈ, ਸੜਕਾਂ ਤੇ, ਰੋਡਸ ਤੇ ਜਿਹੜੀ ਆਵਾਜਾਈ ਹੁੰਦੀ ਹੈ, ਉਹ ਆਵਾਜਾਈ ਦਾ ਮਤਲਬ ਹੈ। ਅਗਲਾ ਸ਼ਬਦ ਹੈ ਰਾਜੇ ਆਪਣੇ ਕੋਲ ਉਤਸਕ। ਉਤਸਕ ਦਾ ਮਤਲਬ ਕਿ ਆਪਾਂ ਜਿਵੇਂ ਐਕਸਾਈਟਿਡ ਹੋ ਜਾਂਦੇ ਹਾਂ ਕਿਸੇ ਚੀਜ਼ ਲਈ, ਠੀਕ, ਐਕਸਾਈਟਮੈਂਟ ਆ ਜਾਂਦੀ ਹੈ, ਉਹ ਚੀਜ਼ ਹੋ ਗਈ। ਮਤਲਬ ਇੱਛੁਕ, ਇੱਛਾ ਸ਼ਕਤੀ ਜਿਹਦੇ ਲਈ ਆਪਣੀ ਵੱਧ ਜਾਂਦੀ ਹੈ। ਨੈਕਸਟ ਹੈ ਆਪਣੇ ਕੋਲ ਰਾਹਗੀਰ। ਰਾਹਗੀਰ ਹੁੰਦੇ ਨੇ ਜਿਹੜੇ ਰਾਹ 'ਚ ਜਾਂਦੇ ਹੋਏ ਰਾਹੀ, ਠੀਕ ਹੈ। ਰਾਹਗੀਰ ਕੌਣ ਹੁੰਦੇ ਨੇ ਆਪਣੇ ਕੋਲ, ਰਾਹ 'ਚ ਜਾਂਦੇ ਹੋਏ ਰਾਹੀ। ਨੈਕਸਟ ਹੈ ਹਾਂਡੀ। ਹਾਂਡੀ ਰਾਜੇ ਆਪਾਂ ਨਾ ਇਹਦੇ 'ਚ ਪੜਾਂਗੇ, ਹਾਂਡੀ ਮਤਲਬ ਇੱਕ ਬਰਤਨ ਨੂੰ ਕਿਹਾ ਜਾਂਦਾ ਹੈ ਹਾਂਡੀ, ਤਾਂ ਆਪਾਂ ਇਹਦੇ 'ਚ ਚੈਪਟਰ 'ਚ ਰੀਡ ਕਰਦੇ ਹਾਂ ਹਾਂਡੀ ਕਿਹਨੂੰ ਕਹਿੰਦੇ ਆ। ਨੈਕਸਟ ਹੈ ਨਮਰਤਾ। ਨਮਰਤਾ ਹੀ ਲਿਖਿਆ ਹੋਇਆ ਨਾ ਰਾਜੇ, ਨਮਰਤਾ ਦਾ ਮਤਲਬ ਹੁੰਦਾ ਹੈ ਸਹਿਜਪਣਾ, ਠੀਕ ਹੈ, ਕਿਸੇ ਦਾ ਜਿਵੇਂ ਕਿਸੇ ਦੇ ਵਿੱਚ ਸਹਿਜਪਣਾ ਜ਼ਿਆਦਾ ਹੁੰਦਾ ਹੈ, ਨਮਰ ਨਮਰ ਸੁਭਾਅ ਹੁੰਦਾ ਹੈ ਕਿਸੇ ਦਾ ਉਵੇਂ। ਸਵਾਦ ਰਾਜੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਸਵਾਦ ਕੀ ਹੁੰਦਾ ਹੈ, ਟੇਸਟ, ਠੀਕ ਹੈ ਜੀ। ਮੁਸਾਫਰ ਜਿਹੜੇ ਸਫ਼ਰ ਕਰਦੇ ਨੇ ਇੱਕ ਥਾਂ ਤੋਂ ਦੂਜੀ ਥਾਂ ਤੱਕ, ਮੁਸਾਫਰ ਰਾਹੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸਫ਼ਰ ਕਰਨਾ। ਅਗਲਾ ਰਾਜੇ ਜੁਗਤ। ਜੁਗਤ ਹੈ ਆਪਣੇ ਕੋਲ ਕੋਈ ਤਕਨੀਕ ਸੋਚਣੀ, ਠੀਕ ਹੈ, ਕੋਈ ਆਪਾਂ ਜਿਵੇਂ ਇੱਕ ਜੁਗਾੜ ਲਾ ਲੈਂਦੇ ਹਾਂ, ਉਹਨੂੰ ਕਹਿੰਦੇ ਨੇ ਜੁਗਤ। ਨੈਕਸਟ ਹੈ ਸਾਂਝੀਆਂ। ਸਾਂਝੀਆਂ ਕੀ ਹੁੰਦਾ ਰਾਜੇ, ਵੈਸੇ ਸਾਂਝੀ ਦਾ ਮਤਲਬ ਹੁੰਦਾ ਸ਼ਾਮ ਵੇਲਾ, ਬਟ ਆਪਾਂ ਚੈਪਟਰ 'ਚ ਦੇਖਦੇ ਹਾਂ ਵੀ ਇੱਥੇ ਸਾਂਝੀਆਂ ਦਾ ਕੀ ਮਤਲਬ ਦਿੱਤਾ ਹੋਇਆ ਉਹਨਾਂ ਨੇ। ਨੈਕਸਟ ਹੈ ਉਤਾਵਲੇ। ਉਤਾਵਲੇ ਫੇਰ ਆਪਣੇ ਕੋਲ ਕੀ ਹੋ ਗਿਆ, ਮਤਲਬ ਕਿਸੇ ਕੰਮ ਲਈ ਉਤਾਵਲੇ ਹੋਣਾ, ਉਤਸੁਕ, ਜਿਵੇਂ ਆਪਣੇ ਕੋਲ ਦਿੱਤਾ ਹੋਇਆ ਸੀ ਉਤਸੁਕ, ਠੀਕ ਹੈ, ਕਿ ਕਿਸੇ ਚੀਜ਼ ਲਈ ਜ਼ਿਆਦਾ ਆਪਾਂ ਐਕਸਾਈਟਿਡ ਹੁੰਦੇ ਹਾਂ। ਅਦਭੁਤ। ਅਦਭੁਤ ਦਾ ਮਤਲਬ ਹੁੰਦਾ ਅਜੀਬ, ਕੋਈ ਨਵੀਂ ਵੱਖਰੀ ਜਾਂ ਅਜੀਬ ਚੀਜ਼। ਨੈਕਸਟ ਦੂਰ ਦਰਾਂਡੇ। ਦੂਰ ਦਰਾਡੇ ਦਾ ਮਤਲਬ ਹੈ ਮਤਲਬ ਬਹੁਤ ਦੂਰ, ਜਿਹੜੀ ਚੀਜ਼ ਬਣੀ ਹੁੰਦੀ ਹੈ ਉਹਨੂੰ ਆਪਾਂ ਕਹਿੰਦੇ ਦੂਰ ਦਰਾਡੇ। ਹੁਣ ਦੇਖੋ ਰਾਜੇ ਆਪਣੇ ਕੋਲ ਕੀ ਹੈ, ਪੁਰਾਣੇ ਵੇਲਿਆਂ ਦੀ ਇੱਕ ਕਥਾ। ਇੱਕ ਲੋਕ ਕਥਾ ਅਨੁਸਾਰ ਉਦੋਂ ਅੱਜ ਕੱਲ ਦੀ ਤਰ੍ਹਾਂ ਆਵਾਜਾਈ ਦੇ ਸਾਧਨ ਨਹੀਂ ਹੁੰਦੇ ਸਨ, ਲੋਕ ਦੂਰ ਦੁਰਾਡੇ ਪੈਦਲ ਹੀ ਤੁਰ ਕੇ ਜਾਂਦੇ ਸਨ। ਇਸੇ ਤਰ੍ਹਾਂ ਇੱਕ ਰਾਹਗੀਰ ਨੂੰ ਘਰੋਂ ਤੁਰਿਆ ਕੁਝ ਦਿਨ ਹੋ ਗਏ। ਉਹ ਭੁੱਖ ਤੇ ਪਿਆਸ, ਉਸਨੂੰ ਭੁੱਖ ਤੇ ਪਿਆਸ ਬਹੁਤ ਲੱਗੀ ਹੋਈ ਸੀ। ਘਰੋਂ ਲਿਆਂਦਾ ਹੋਇਆ ਸਮਾਨ ਉਹ ਮੁਕਾ ਚੁੱਕਾ ਸੀ। ਠੀਕ ਹੈ ਰਾਜੇ, ਇਹ ਉਸ ਟਾਈਮ ਦੀ ਗੱਲ ਕਰਦੇ ਆ। ਅੱਜ ਕੱਲ ਤਾਂ ਆਪਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਹੋਵੇ ਆਪਾਂ ਕਿਵੇਂ ਜਾਂਦੇ ਆ ਰਾਜੇ, ਆਪਣੇ ਕੋਲ ਕੀ ਹੈ, ਕਾਰ ਵੀ ਹੈ, ਸਕੂਟਰ ਵੀ ਹੈ ਨਾ, ਤਾਂ ਆਪਣੇ ਕੋਲ ਬੱਸਾਂ ਵੀ ਨੇ, ਟ੍ਰੇਨਾਂ ਵੀ ਨੇ, ਆਪਾਂ ਇਹਨਾਂ ਤੇ ਚਲੇ ਜਾਂਦੇ ਹਾਂ। ਪਰ ਇਹ ਉਸ ਸਮੇਂ ਦੀ ਗੱਲ ਕਰਦੇ ਨੇ ਜਦੋਂ ਇੱਕ ਥਾਂ ਤੋਂ ਦੂਜੇ ਥਾਂ ਤੇ ਜਾਣ ਦੇ ਲਈ ਆਪਣੇ ਕੋਲ ਕੋਈ ਵੀ ਆਵਾਜਾਈ ਦਾ ਸਾਧਨ ਨਹੀਂ ਹੁੰਦਾ ਸੀ। ਆਪਾਂ ਕਿਵੇਂ ਜਾਂਦੇ ਹੁੰਦੇ ਸੀ, ਪੈਦਲ ਜਾਂਦੇ ਸੀ ਆਪਣੇ ਜਿਹੜੇ ਪੁਰਾਣੇ ਲੋਕ ਸੀ, ਠੀਕ ਹੈ। ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣ ਲਈ ਉਹਨਾਂ ਨੂੰ ਪੈਦਲ ਜਾਣਾ ਪੈਂਦਾ ਸੀ, ਜਿਹਦੇ ਨਾਲ ਨਾ ਉਹਨਾਂ ਨੂੰ ਬਹੁਤ ਟਾਈਮ ਲੱਗ ਜਾਂਦਾ ਸੀ, ਮਤਲਬ ਕਾਫੀ ਸਮਾਂ ਲੱਗ ਜਾਂਦਾ ਸੀ ਇੱਕ ਥਾਂ ਤੋਂ ਦੂਜੇ ਥਾਂ ਤੇ ਜਾਣ ਲਈ। ਜਿਵੇਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਹੈ, ਉਹਨਾਂ ਨੂੰ ਦਿਨ ਲੱਗ ਜਾਂਦੇ ਸੀ, ਕੋਈ 5 ਦਿਨ 'ਚ ਪਹੁੰਚਦਾ ਸੀ, ਕੋਈ 10 ਦਿਨ 'ਚ ਪਹੁੰਚਦਾ ਸੀ, ਉਸ ਟਾਈਮ ਦੀ ਗੱਲ ਕਰਦੇ ਆ। ਉਦੋਂ ਜਾਣ ਲੱਗੇ ਫਿਰ ਉਹ ਆਪਦਾ ਨਾਲ ਖਾਣ ਪੀਣ ਦਾ ਸਮਾਨ ਲੈ ਕੇ ਜਾਂਦੇ ਸੀ। ਅੱਜ ਕੱਲ੍ਹ ਤਾਂ ਆਪਾਂ ਰਸਤੇ 'ਚ ਜਾਂਦੇ ਹਾਂ, ਬੇਟਾ ਆਪਾਂ ਨੂੰ ਹੋਟਲ ਮਿਲ ਜਾਂਦੇ ਨੇ, ਰੈਸਟੋਰੈਂਟ ਮਿਲ ਜਾਂਦੇ ਨੇ। ਪਹਿਲਾਂ ਵਾਲਾ ਸਮਾਂ ਐਵੇਂ ਦਾ ਸਮਾਂ ਨਹੀਂ ਸੀ, ਕਿਉਂਕਿ ਕੀ ਸੀ, ਪਹਿਲਾਂ ਦੇਸ਼ ਨੇ ਆਪਣੇ ਨੇ ਤਰੱਕੀ ਨਹੀਂ ਕੀਤੀ ਹੋਈ ਸੀ,
ਪਹਿਲਾਂ ਵਾਲੇ ਸਮਾਂ ਕੁਛ ਹੋਰ ਸੀ, ਉਹ ਆਪਣੇ ਖਾਣ ਪੀਣ ਦਾ ਸਮਾਨ, ਉਹਨਾਂ ਨੂੰ ਪਤਾ ਸੀ ਵੀ ਸਾਨੂੰ ਇੰਨੇ ਕੁ ਦਿਨ ਲੱਗ ਜਾਣਗੇ, ਉਹਨਾਂ ਨੂੰ ਅੰਦਾਜ਼ਾ ਹੋ ਜਾਂਦਾ ਸੀ ਵੀ ਸਾਨੂੰ ਇੰਨੇ ਦਿਨ ਲੱਗ ਜਾਣਗੇ, ਉਹ ਆਪਦੇ ਖਾਣ ਪੀਣ ਦਾ ਸਮਾਨ ਨਾਲ ਲੈ ਕੇ ਜਾਂਦੇ ਸੀ ਬੇਟਾ। ਉਹੀ ਕਹਿ ਰਹੇ ਨੇ, ਕਹਿੰਦੇ ਲੋਕ ਦੂਰ ਦੁਰਾਂਡੇ ਪੈਦਲ ਹੀ ਤੁਰ ਕੇ ਜਾਂਦੇ ਸੀ, ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਉਹ ਪੈਦਲ ਤੁਰ ਕੇ ਜਾਂਦੇ ਸੀ। ਇਸੇ ਤਰ੍ਹਾਂ ਇੱਕ ਰਾਹਗੀਰ ਨੂੰ ਘਰੋਂ ਤੁਰਿਆ ਕੁਝ ਦਿਨ ਹੋ ਗਏ। ਰਾਹਗੀਰ ਮਤਲਬ ਜਿਹੜਾ ਜਾ ਰਿਹਾ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਰਿਹਾ, ਠੀਕ ਹੈ, ਕੋਈ ਉਹ ਸਫ਼ਰ ਤੈਅ ਕਰ ਰਿਹਾ ਤੁਰ ਕੇ, ਉਹਨੂੰ ਕਹਿ ਰਹੇ ਨੇ ਰਾਹਗੀਰ, ਠੀਕ ਹੈ। ਉਸ ਨੂੰ ਭੁੱਖ ਤੇ ਪਿਆਸ ਬਹੁਤ ਲੱਗੀ ਸੀ, ਘਰੋਂ ਲਿਆਂਦਾ ਹੋਇਆ ਸਮਾਨ ਉਹ ਮੁਕਾ ਚੁੱਕਾ ਸੀ। ਉਹ ਆਪਦੇ ਨਾਲ ਜਿੰਨਾ ਸਮਾਨ ਲੈ ਕੇ ਆਇਆ ਸੀ ਰਾਜੇ, ਖਾਣ ਪੀਣ ਦਾ ਪਾਣੀ ਲੈ ਕੇ ਆਇਆ ਸੀ ਪੀਣ ਲਈ, ਉਹ ਉਹਨੇ ਖਤਮ ਕਰਤਾ ਸੀ। ਨੇੜੇ ਹੀ ਇੱਕ ਘਰ ਵੇਖ ਕੇ ਰਾਹੀ ਨੇ ਉਸ ਦਾ ਬੂਹਾ ਖੜਕਾਇਆ। ਰਾਹੀ ਨੇ ਕੀ ਕੀਤਾ, ਜਦੋਂ ਉਹ ਜਾ ਰਿਹਾ ਸੀ ਬੇਟਾ, ਰਸਤੇ ਚ ਉਹਨੂੰ ਇੱਕ ਘਰ ਮਿਲਿਆ ਤਾਂ ਉਹਨੇ ਉਹਦਾ ਬੂਹਾ ਖੜਕਾਇਆ। ਬੂਹਾ ਕਿਹਨੂੰ ਕਹਿੰਦੇ, ਦਰਵਾਜੇ ਨੂੰ, ਠੀਕ ਹੈ। ਇੱਕ ਬੱਚੇ ਨੇ ਆ ਕੇ ਦਰਵਾਜ਼ਾ ਖੋਲਿਆ ਤਾਂ ਰਾਹੀ ਬੋਲਿਆ, ਮੈਨੂੰ ਬਹੁਤ ਭੁੱਖ ਤੇ ਪਿਆਸ ਲੱਗੀ ਹੈ। ਕੀ ਰਾਜੀ, ਜਦੋਂ ਉਹ ਕੀ ਹੋਇਆ ਆਪਣਾ, ਉਹਨੇ ਦਰਵਾਜ਼ਾ ਖੜਕਾਇਆ ਤਾਂ ਦਰਵਾਜ਼ਾ ਕਿਹਨੇ ਖੋਲਿਆ, ਦਰਵਾਜ਼ਾ ਇੱਕ ਰਸਤੇ ਦੇ ਰਾਹੀ ਬੱਚੇ ਨੇ ਖੋਲਿਆ ਰਾਹੀ ਨੂੰ ਦਰਵਾਜ਼ਾ, ਤਾਂ ਰਾਹੀ ਬੱਚੇ ਨੂੰ ਕੀ ਕਹਿੰਦਾ, ਮੈਨੂੰ ਬਹੁਤ ਭੁੱਖ ਤੇ ਪਿਆਸ ਲੱਗੀ ਹੈ, ਕੀ ਮੈਂ ਅੰਦਰ ਆ ਸਕਦਾ, ਬੱਚੇ ਨੂੰ ਪੁੱਛਿਆ ਉਸ ਰਾਹੀ ਨੇ ਜਿਹੜਾ ਇੱਕ ਸਫ਼ਰ ਤੈਅ ਕਰ ਰਿਹਾ ਸੀ, ਉਹਨੇ ਕਿਹਾ ਕੀ ਮੈਂ ਅੰਦਰ ਆ ਸਕਦਾ। ਬੱਚੇ ਨੇ ਆਪਣੇ ਮਾਤਾ ਪਿਤਾ ਨੂੰ ਬੁਲਾਇਆ ਤੇ ਉਹ ਉਸ ਯਾਤਰੀ ਨੂੰ ਅੰਦਰ ਲੈ ਗਏ। ਕੀ ਹੋਇਆ ਰਾਜੇ, ਬੱਚੇ ਨੇ ਕਿਹਨੂੰ ਬੁਲਾਇਆ, ਆਪਣੇ ਮੰਮੀ ਡੈਡੀ ਨੂੰ ਬੁਲਾਇਆ। ਜਿਵੇਂ ਆਪਣੇ ਘਰੇ ਕੋਈ ਆਉਂਦਾ ਆਪਾਂ ਸਿੱਧਾ ਤਾਂ ਨਹੀਂ ਅੰਦਰ ਲੈ ਕੇ ਜਾਂਦੇ, ਠੀਕ ਹੈ, ਆਪਾਂ ਘਰ ਦੇ ਵੱਡੇ ਨੂੰ ਬੁਲਾਉਣੇ ਆ, ਉਹ ਅੰਦਰ ਲੈ ਕੇ ਜਾਂਦਾ। ਸਰਦੀਆਂ ਦਾ ਮੌਸਮ ਸੀ, ਐਤਵਾਰ ਦਾ ਦਿਨ ਹੋਣ ਕਰਕੇ ਸਾਰੇ ਜੀ ਉਸ ਘਰ ਦੇ ਘਰ ਹੀ ਸਨ। ਸਰਦੀਆਂ ਦਾ ਦਿਨ ਸੀ, ਸੰਡੇ ਸੀ, ਠੀਕ ਹੈ, ਸੰਡੇ ਕਰਕੇ ਕੀ ਹੋ ਗਿਆ, ਉਹਨੂੰ ਮਤਲਬ ਉਹ ਘਰ ਹੁੰਦੇ ਨੇ ਐਤਵਾਰ ਨੂੰ, ਆਪਣੇ ਸਾਰੇ ਘਰ ਹੁੰਦੇ ਨੇ, ਉਹੀ ਦਿਨ ਹੈ। ਨਿੱਕੇ ਰਾਜੀ ਦੀ ਭੈਣ ਚੰਨੀ ਵੀ ਉੱਥੇ ਆ ਕੇ ਪਰਿਵਾਰ ਨਾਲ ਬੈਠ ਗਈ। ਰਾਜੇ ਇਹ ਹੁਣ ਇੱਕ ਕਰੈਕਟਰ ਹੈ ਉਸ ਚੈਪਟਰ ਦਾ, ਠੀਕ ਹੈ, ਕਿਹੜਾ ਕਰੈਕਟਰ ਹੈ, ਆਪਾਂ ਜਿਵੇਂ ਜਿਵੇਂ ਚੈਪਟਰ ਰੀਡ ਕਰਾਂਗੇ ਨਾ ਆਪਾਂ ਨੂੰ ਫੇਰ ਪਤਾ ਲੱਗੂਗਾ। ਨਿੱਕੇ ਰਾਜੇ ਦੀ ਭੈਣ ਚੰਨੀ ਵੀ ਉੱਥੇ ਆ ਕੇ ਪਰਿਵਾਰ ਨਾਲ ਬੈਠ ਗਈ। ਇੱਥੇ ਤੱਕ ਸਮਝ ਆਇਆ ਰਾਜੇ ਤੁਹਾਨੂੰ? Yes, ma'am. ਠੀਕ ਹੈ, ਹੁਣ ਆਪਾਂ ਨੈਕਸਟ ਪੇਜ ਦੇਖਦੇ ਹਾਂ ਇਹਦਾ ਕੀ ਹੈ। ਦੇਖੋ ਰਾਜੇ ਨੈਕਸਟ ਹੈ ਆਪਣਾ, ਅੱਗੇ ਕੀ ਕਹਿ ਰਹੇ ਨੇ ਦੇਖੋ। ਨੈਕਸਟ ਪੇਜ ਆਹੀ ਹੈ ਰਾਜੇ ਬੁੱਕ ਦਾ? Yes, ma'am. ਠੀਕ ਹੈ, ਇੱਕ ਜਣਾ ਪੜੋ ਰਾਜੇ ਚੈਪਟਰ, ਕੌਣ ਪੜੇਗਾ ਹੁਣ ਇੱਥੋਂ ਪੜੋ, ਨੇ ਬੜੇ ਉਤਸ਼ਾਹ ਨਾਲ ਸਾਰਿਆਂ ਨੂੰ ਦੱਸਿਆ। ਮਹਿਕ ਤੁਸੀਂ ਪੜੋ ਰਾਜੇ ਬੁੱਕ ਤੋਂ। ਹਾਂਜੀ ਪੜੋ ਰਾਜੇ। ਨੇ ਬੜੇ ਉਤਸ਼ਾਹ ਨਾਲ ਸਾਰਿਆਂ ਨੂੰ ਦੱਸਿਆ, ਮੇਰੇ ਥੈਲੇ ਵਿੱਚ ਇੱਕ ਜਾਦੂ ਦੀ ਪੱਥਰ ਹੈ ਜਿਸ ਦੇ ਨਾਲ ਬਹੁਤ ਸਵਾਦੀ ਤੇ ਪੁਸ਼ਟਿਕ ਸਬਜ਼ੀ ਬਣਦੀ ਹੈ। ਸਾਰੇ ਇਹ ਗੱਲ ਸੁਣ ਕੇ ਬਹੁਤ ਹੈਰਾਨ ਹੋਏ ਤੇ ਉਹ ਉਸ ਪੱਥਰ ਦੇ ਨਾਲ ਬਣੀ ਸਬਜ਼ੀ ਖਾ ਕੇ ਵੇਖਣ ਲਈ ਉਤਸੁਕ ਹੋ ਗਏ। ਸਭ ਤੋਂ ਪਹਿਲਾਂ ਨਿੱਕਾ ਰਾਜੀ ਬੋਲ ਪਿਆ, ਅਕਲ ਤੁਸੀਂ ਸਾਨੂੰ ਉਹ ਸਬਜ਼ੀ ਬਣਾ ਕੇ ਖੋਆ
ਦਿਓਗੇ? ਹਾਂ ਹਾਂ ਕਿਉਂ ਨਹੀਂ, ਮਹਿਮਾਨ ਦਾ ਉੱਤਰ ਸੀ ਮੈਂ ਬਣਾਉਂਦਾ ਹਾਂ, ਤੇ ਫਿਰ ਆਪਾਂ ਸਾਰੇ ਰਲ ਕੇ ਉਹ ਸਬਜ਼ੀ ਖਾਵਾਂਗੇ। ਤੁਸੀਂ ਬਸ ਚੱਲਨੇ, ਚੁੱਲ੍ਹੇ ਵਿੱਚ ਅੱਗ ਬਾਲ ਕੇ ਇੱਕ ਹਾਂਡੀ ਵਿੱਚ ਪਾਣੀ ਪਾ ਕੇ ਉੱਪਰ ਰੱਖ ਦਿਓ। ਰਾਜੀ ਦੇ ਮੰਮੀ ਨੇ ਇਹ ਕੰਮ ਛੇਤੀ ਹੀ ਕਰ ਦਿੱਤਾ। ਸਾਰੇ ਘਰ ਦੇ ਜੀ ਮਹਿਮਾਨ ਦੇ ਆਲੇ ਦੁਆਲੇ ਬੈਠ ਗਏ। ਰਾਹਗੀਰ ਨੇ ਆਪਣੇ ਥੈਲੇ ਵਿੱਚੋਂ ਇੱਕ ਸੋਨਾ ਤੇ ਗੋਲ ਜਿਹਾ ਪੱਥਰ ਕੱਢਿਆ ਤੇ ਚੰਗੀ ਤਰ੍ਹਾਂ ਪਾਣੀ ਨਾਲ ਧੋ ਕੇ ਹਾਂਡੀ ਵਿੱਚ ਪਾ ਦਿੱਤਾ। ਥੋੜਾ ਜਿਹਾ ਪਿਆਜ਼ ਅਤੇ ਅਦਰਕ ਤਾਂ ਦਿਓ। ਮਹਿਮਾਨ ਨੇ ਨਿਮਰਤਾ ਨਾਲ ਕਿਹਾ। ਰਾਜੀ ਦੇ ਮੰਮੀ ਨੇ ਜਦੋਂ ਇਹ ਸਮਾਨ ਦਿੱਤਾ ਤਾਂ ਉਸ ਨੇ ਇਹ ਚੀਜ਼ਾਂ ਛਿਲ ਕੱਟ ਕੇ ਹਾਂਡੀ ਵਿੱਚ ਪਾ ਦਿੱਤੀਆਂ ਤੇ ਫਿਰ ਕਹਿਣ ਲੱਗਾ ਹਲਦੀ ਨੂੰ ਲੂਣ ਤੇ ਥੋੜੀ ਮਿਰਚ ਤਾਂ ਹੋਵੇਗੀ ਹੀ, ਇਹ ਚੀਜ਼ਾਂ ਵੀ ਥੋੜੀਆਂ ਕੁ ਉਸ ਨੇ ਹਾਂਡੀ ਵਿੱਚ ਪਾ ਕੇ ਪਾ ਦਿੱਤੀਆਂ। ਕੁਝ ਸਮੇਂ ਬਾਅਦ ਰਾਹੀ ਨੇ ਥੋੜੀ ਝਿਜਕ ਨਾਲ ਪੁੱਛਿਆ, ਜੇ ਘਰ ਵਿੱਚ 2 ਕੁ ਆਲੂ ਤੇ ਕੁਝ ਮਟਰ ਹੋਣ ਤਾਂ ਸਬਜ਼ੀ ਹੋਰ ਵੀ ਸਵਾਦ ਬਣ ਸਕਦੀ ਹੈ। ਘਰ ਵਿੱਚ ਇਹ ਚੀਜ਼ਾਂ ਮੌਜੂਦ ਸਨ, ਇਸ ਲਈ ਉਹਨਾਂ ਨੇ ਖੁਸ਼ੀ ਖੁਸ਼ੀ ਇਹ ਦੇ ਦਿੱਤੀਆਂ। ਮਹਿਮਾਨ ਨੇ ਆਲੂ ਛਿੱਲ ਕੱਟ ਲਏ ਤੇ ਰਾਜੀ ਹੋਰਾਂ ਨੇ ਮਟਰਾਂ ਦੇ ਦਾਣੇ ਜਲਦੀ ਹੀ ਕੱਢ ਦਿੱਤੇ। ਉਹ ਤਾਂ ਜਾਦੂਈ ਪੱਥਰ ਨਾਲ ਬਣੀ ਹੋਈ ਸਬਜ਼ੀ ਖਾਣ ਲਈ ਬੇਹੱਦ ਉਤਾਵਲੇ ਸਨ। ਸਬਜ਼ੀ ਬਣਦੀ ਰਹੀ ਤੇ ਰਾਹਗੀਰ ਉਹਨਾਂ ਦੇ ਨਾਲ ਆਪਣੇ ਸਫ਼ਰ ਦੀਆਂ ਗੱਲਾਂ ਸਾਂਝੀਆਂ ਕਰਦਾ ਰਿਹਾ। ਫਿਰ ਅਚਾਨਕ ਜਿਵੇਂ ਉਸ ਨੂੰ ਖਿਆਲ ਆਇਆ, ਕਿਤੇ ਘਰ ਵਿੱਚ ਕੁਝ ਗਾਜਰਾਂ ਤਾਂ ਨਹੀਂ ਪਈਆਂ? ਹਾਂਜੀ ਹੈਗੀਆਂ ਨੇ, 2-3 ਛਿੱਲ ਦਿਓ ਸਬਜ਼ੀ ਵਿੱਚ ਪਾਉਣ ਲਈ, ਰਾਹੀ ਦੇ ਮੰਮੀ ਨੇ ਪੁੱਛਿਆ। ਹਾਂਜੀ ਪਾ ਸਕਦੇ ਹਾਂ, ਸਬਜ਼ੀ ਹੋਰ ਵਧੀਆ ਬਣ ਜਾਵੇ। ਮੈਮ ਅਗਲਾ ਪੇਜ ਵੀ ਰੀਡ ਕਰਨਾ? ਹਾਂਜੀ ਰੀਡ ਕਰੋ ਰਾਜੇ, ਫਿਰ ਮੈਂ ਲਾਸਟ ਤੇ ਤੁਹਾਨੂੰ ਦੱਸੂਗੀ ਕਿ ਚੈਪਟਰ ਦਾ ਮਤਲਬ ਕੀ ਸੀਗਾ, ਕੀ ਦੱਸਿਆ ਸੀ ਸਟੋਰੀ ਚੈਪਟਰ। ਤਾਂ ਸ਼ਲਗਮ ਵੀ ਨਾ ਚੰਨੀ ਨੂੰ ਧਿਆਨ ਆਇਆ। ਮਹਿਮਾਨ ਤਾਂ ਸ਼ਲਗਮ ਦਾ ਨਾਂ ਸੁਣ ਕੇ ਖਿੜ ਗਿਆ। ਲਿਆਓ 2 ਕੁ ਸ਼ਲਗਮ ਵੀ ਪਾ ਦਿੰਦੇ ਹਾਂ ਛਿੱਲ ਕੇ। ਇਸ ਤਰ੍ਹਾਂ 2 ਸ਼ਲਗਮ ਤੇ 3-4 ਗਾਜਰਾਂ ਵੀ ਹਾਂਡੀ ਵਿੱਚ ਕੱਟ ਕੇ ਪਾ ਦਿੱਤੀ ਗਈਆਂ। ਹੁਣ ਤਾਂ ਸਬਜ਼ੀ ਦੇ ਪੱਕਣ ਦੀ ਬਹੁਤ ਵਧੀਆ ਖੁਸ਼ਬੂ ਆਉਣ ਲੱਗ ਪਈ ਸੀ। ਸਾਰਿਆਂ ਨੂੰ ਜਾਪ ਰਿਹਾ ਸੀ ਕਿ ਉਹਨਾਂ ਦੇ ਘਰ ਤਾਂ ਕੋਈ ਖਾਸ ਪਕਵਾਨ ਬਣ ਰਿਹਾ ਸੀ। ਰਾਹਗੀਰ ਨੇ 2 ਟਮਾਟਰ ਵੀ ਕੱਟ ਕੇ ਹਾਂਡੀ ਵਿੱਚ ਪਾ ਦਿੱਤੇ। ਥੋੜੇ ਥੋੜੇ ਸਮੇਂ ਬਾਅਦ ਮੁਸਾਫਰ ਹਾਂਡੀ ਦਾ ਢੱਕਣ ਚੁੱਕ ਕੇ ਸਬਜ਼ੀ ਨੂੰ ਕੜਛੀ ਨਾਲ ਲਾ ਦਿੰਦਾ ਸੀ। ਸਬਜ਼ੀ ਤਿਆਰ ਹੋ ਗਈ, ਉਸ ਤੋਂ ਹੇਠਾਂ ਲਾ ਕੇ ਰੱਖ ਲਈ। ਫਿਰ ਪੱਥਰ ਨੂੰ ਸਬਜ਼ੀ ਧੋ ਕੇ ਵਾਪਸ ਥੈਲੇ ਵਿੱਚ ਰੱਖ ਲਿਆ। ਰਾਜੀ ਦੇ ਮੰਮੀ ਨੇ ਚੁੱਲ੍ਹੇ ਤੇ ਤਵਾ ਰੱਖ ਕੇ ਫੁਲਕੇ
ਪਕਾਉਣੇ ਸ਼ੁਰੂ ਕਰ ਦਿੱਤੇ। ਮਹਿਮਾਨ ਸਮੇਤ ਸਾਰਿਆਂ ਨੇ ਪੱਥਰ ਦੇ ਨਾਲ ਬਣੀ ਹੋਈ ਸਬਜ਼ੀ ਫੁਲਕਿਆਂ ਦੇ ਨਾਲ ਖਾਧੀ। ਹਰ ਇੱਕ ਨੂੰ ਸਬਜ਼ੀ ਵਿੱਚੋਂ ਅਨੋਖਾ ਹੀ ਸਵਾਦ ਆ ਰਿਹਾ ਸੀ। ਉਹਨਾਂ ਨੇ ਪਹਿਲਾਂ ਇਹੋ ਜਿਹੀ ਸਬਜ਼ੀ ਨਹੀਂ ਖਾਧੀ ਸੀ। ਬੱਚਿਆਂ ਨੇ ਜਦੋਂ ਰਾਮਗੀਰ ਨੂੰ ਸਬਜ਼ੀ ਦਾ ਨਾਂ ਪੁੱਛਿਆ ਤਾਂ ਉਸ ਨੇ ਇਸ ਦਾ ਨਾਂ ਸਤਗੰਡਾ ਦੱਸਿਆ। ਉਸ ਨੇ ਇਹ ਨਾਂ ਇਸ ਲਈ ਦੱਸਿਆ ਕਿਉਂਕਿ ਉਸ ਨੇ ਇਸ ਸਬਜ਼ੀ ਵਿੱਚੋਂ ਲੂਣ ਮਿਰਚ ਤੇ ਹਲਦੀ ਤੋਂ ਇਲਾਵਾ 7 ਚੀਜ਼ਾਂ ਪਾਈਆਂ ਸਨ। ਪੂਰੇ ਪਰਿਵਾਰ ਨੂੰ ਇਹ ਨਾਂ ਵੀ ਬੜਾ ਅਦਭੁਤ ਤੇ ਚਮਤਕਾਰੀ ਜਿਹਾ ਜਾਪਿਆ। ਜਦੋਂ ਮੁਸਾਫਰ ਉਹਨਾਂ ਤੋਂ ਵਿਦਾ ਲੈਣ ਲੱਗਿਆ ਤਾਂ ਚਾਨੀ ਬੋਲ ਪਈ, ਅਕਲ ਤੁਸੀਂ ਉਹ ਜਾਦੂਈ ਪੱਥਰ ਸਾਨੂੰ ਦੇ ਜਾਓਗੇ? ਰਾਹਗੀਰ ਨੇ ਇੱਕ ਪਲ ਕੁਝ ਸੋਚਿਆ ਤੇ ਫਿਰ ਥੱਲੇ ਵਿੱਚੋਂ ਪੱਥਰ ਕੱਢ ਕੇ ਉਹਨਾਂ ਨੂੰ ਦੇ ਦਿੰਦੇ ਹੋਏ ਬੋਲਿਆ, ਠੀਕ ਹੈ, ਇਹ ਜਾਦੂਈ ਪੱਥਰ ਤੁਸੀਂ ਰੱਖ ਲਓ, ਇਸ ਦੇ ਨਾਲ ਤੁਸੀਂ ਫਿਰ ਵੀ ਸਤਗੰਡਾ ਬਣਾ ਕੇ ਖਾ ਸਕਦੇ ਹੋ। ਨਾਲ ਹੀ ਪਰਿਵਾਰ ਦਾ ਧੰਨਵਾਦ ਕਰਕੇ ਅੱਗੇ ਤੁਰ ਪਿਆ। ਜਦੋਂ ਉਹ ਕੁਝ ਦੂਰ ਹੀ ਗਿਆ ਸੀ ਤਾਂ ਸੜਕ ਦੇ ਕਿਨਾਰੇ ਤੋਂ ਇੱਕ ਗੋਲ ਤੇ ਸਫੇਦ ਜਿਹਾ ਪੱਥਰ ਕੇ ਉਸ ਨੇ ਆਪਣੇ ਥੈਲੇ ਵਿੱਚ ਪਾ ਲਿਆ। ਪਰਿਵਾਰ ਵੀ ਉਸ ਦੇ ਜਾਦੂਈ ਪੱਥਰ ਦੀ ਜੁੱਤ ਜਾਣ ਗਿਆ ਸੀ ਤੇ ਇਸ ਤਰ੍ਹਾਂ ਉਦੋਂ ਤੋਂ ਕਈ ਸਬਜ਼ੀਆਂ ਲਾ ਕੇ ਬਣਾਉਣ ਦਾ ਰਿਵਾਜ ਪੈ ਗਿਆ। ਮੈਮ ਕਰਦੀ ਆ, ਹਾਂਜੀ ਠੀਕ ਹੈ ਰਾਜੇ, ਇਹ ਆਪਾਂ ਨੂੰ ਸਟੋਰੀ ਚ ਦੱਸ ਰਹੇ ਨੇ ਕਿ ਪਹਿਲਾਂ ਸਮਿਆਂ ਦੇ ਵਿੱਚ ਲੋਕ ਕਿਵੇਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਂਦੇ ਸੀ। ਠੀਕ ਹੈ, ਤੇ ਪਹਿਲਾਂ ਵਾਲੇ ਲੋਕ ਇੰਨੇ ਮਿਲਵਰਤਨ ਵਾਲੇ ਹੁੰਦੇ ਸੀ ਵੀ ਉਹ ਰਾਹ ਜਾਂਦੀ ਨੂੰ ਵੀ ਖਾਣਾ ਖਵਾ ਦਿੰਦੇ ਸੀ। ਦੇਖੋ ਅੱਜ ਕੱਲ ਦਾ ਟਾਈਮ ਚੇਂਜ ਹੋ ਗਿਆ, ਅੱਜ ਕੱਲ ਆਪਾਂ ਉਹ ਕੰਮ ਨਹੀਂ ਕਰ ਸਕਦੇ, ਹਨਾ। ਆਪਾਂ ਕਿਸੇ ਬੰਦੇ ਨੂੰ ਵੀ ਘਰੇ ਪਹਿਲਾਂ ਐਂਟਰ ਕਰਨ ਤੋਂ ਪਹਿਲਾਂ ਰੋਜ਼ 2 ਵਾਰ ਸੋਚਦੇ ਹਾਂ ਵੀ ਇਹਨੂੰ ਘਰ ਲੈ ਕੇ ਆਉਣਾ ਕਿ ਨਹੀਂ ਲੈ ਕੇ ਆਉਣਾ। ਇਹਨਾਂ ਨੇ ਪੁਰਾਣੇ ਸਮੇਂ ਦਾ ਜਿਹੜਾ ਸਮਾਂ ਹੈ ਉਹ ਵਿਅਕਤ ਕੀਤਾ ਸਟੋਰੀ ਚ। ਠੀਕ ਹੈ, ਉਹਦੇ ਕੋਲ ਕੀ ਸੀ ਉਹਦੇ ਕੋਲ? ਮੈਮ ਹਾਂਜੀ ਮੈਮ ਆਪਕੀ ਆਵਾਜ਼ ਨਹੀਂ ਕਲੀਅਰ ਆ ਰਹੀ, ਥੋੜਾ ਸਲੋ। ਠੀਕ ਹੈ ਜੀ, ਦੈਨ ਫਿਰ ਉਹਨਾਂ ਨੇ ਕੀ ਕੀਤਾ, ਉੱਥੇ ਆਪਣੇ ਘਰ ਦੇ ਵਿੱਚ ਇੱਕ ਸਬਜ਼ੀ ਬਣਵਾਈ, ਸਬਜ਼ੀ ਬਣਾ ਕੇ ਸਾਰਿਆਂ ਨਾਲ ਖਾਣਾ ਸ਼ੇਅਰ ਕੀਤਾ। ਉਹ ਜਿਹੜਾ ਰਾਹ ਵਿੱਚ ਰਾਹੀ ਜਾ ਰਿਹਾ ਸੀ ਉਹਦੇ ਨਾਲ ਵੀ ਖਾਣਾ ਸ਼ੇਅਰ ਕੀਤਾ, ਉਹਨੂੰ ਵੀ ਖਾਣਾ ਖਵਾਇਆ। ਠੀਕ ਹੈ, ਇਹ ਪੁਰਾਣੇ ਸਮੇਂ ਨੂੰ ਇੱਕ ਕਹਾਣੀ ਕੀ ਹੈ, ਪੁਰਾਣੇ ਸਮੇਂ ਨੂੰ ਵਿਅਕਤ ਕਰਦੀ ਹੈ ਆਪਣੇ ਨੂੰ। ਰਾਜੇ ਹੁਣ ਤੁਹਾਡਾ ਹੋਮਵਰਕ ਇਹ ਹੈ, ਤੁਸੀਂ ਆਪਣੀ ਬੁੱਕ ਦੇ ਬੈਕ ਤੇ ਜਿਹੜਾ ਬੁੱਕ ਵਰਕ ਦਿੱਤਾ ਹੋਇਆ ਨਾ, ਆ ਚੈਪਟਰ ਦੀ ਹੈਲਪ ਨਾਲ ਤੁਸੀਂ ਉਹ ਬੁੱਕ ਵਰਕ ਕੰਪਲੀਟ ਕਰਨਾ ਹੈ ਤੇ ਕੁਐਸਚਨਸ ਫਾਈਂਡ ਆਊਟ ਕਰਨੇ। ਨੈਕਸਟ ਕਲਾਸ ਦੇ ਵਿੱਚ ਆਪਾਂ ਕੁਐਸਚਨ ਡਿਸਕਸ ਕਰਾਂਗੇ ਇਹਦੇ। ਠੀਕ ਹੈ, ਔਰ ਗਰੁੱਪ 'ਚ ਤੁਹਾਨੂੰ ਕੁਐਸਚਨ ਆਨਸਰ ਵੀ ਸੈਂਡ ਕਰ ਦਿੱਤੇ ਜਾਣਗੇ, ਤੁਸੀਂ ਆਪਣੀ ਨੋਟਬੁੱਕ ਤੇ ਰਾਈਟ ਡਾਊਨ ਕਰ ਲਿਓ। ਠੀਕ ਹੈ ਬੇਟਾ।